ਲੈ ਮਿੱਤਰੋ ਹਮਜ਼ਾ ਸਾਹਿਬ ਦੇ ਸਕੂਟਰ ਤੇ ਨਜ਼ਰ ਪਈ। ਇਹਨੇ ਵੀ ਤਲਾ ਨੂੰ ਦੇਖ ਕੇ ਜੀ ਮੋਟਰਸਾਈਕਲ ਬਣਾ ਲਿਆ ਸਪੋਰਟਸ। ਮੈਂ ਕਿਹਾ ਕਿਆ ਬਾਤ ਹੈ। ਉਸ ਤੋਂ ਬਾਅਦ ਘਰ ਦੀ ਗੱਲ ਕਰਾਂ ਤੇ ਇਹ ਨਕਸ਼ਾ ਤਿਆਰ ਹੋਇਆ ਜੀ ਮਾਸ਼ਾਅੱਲਾ। ਸਾਰੇ ਵੀਰ ਇੱਕ ਵਾਰੀ ਕਮੈਂਟ ਦੇ ਵਿੱਚ ਮਾਸ਼ਾਅੱਲਾ ਲਿਖ ਦਿਓ ਜੀ। ਪਤਾ ਨਹੀਂ ਮਿੱਤਰੋ ਕਿਆ ਗੱਲ ਆ, ਕੈਮਰੇ ਅੱਗੇ ਆ ਕੇ ਹਰ ਬੰਦਾ ਹੀ ਖੁਸ਼ ਹੋ ਜਾਂਦਾ। ਮੈਂ ਤੇ ਮਾਰੀ ਚੰਡ, ਮੈਂ ਕਿਹਾ ਉਂਝ ਵੀ ਖੁਸ਼ ਹੋ ਜਾ ਕਰੋ ਯਾਰ। ਮੇਰੀ ਨਜ਼ਰ ਪਈ ਨਿੱਕੀਆਂ ਨਿੱਕੀਆਂ ਸੋਹਣੀਆਂ ਸੋਹਣੀਆਂ ਬੱਚੀਆਂ ਤੇ, ਮੈਂ ਕਿਹਾ ਦੇਖੋ ਯਾਰ ਐਡਮਿਸ਼ਨ ਪੜਨ ਜਾ ਰਹੀਆਂ। ਮੈਂ ਆਇਆ ਜੀ ਆਪਣੇ ਮੇਨ ਬਾਜ਼ਾਰ ਦੇ ਅੰਦਰ। ਸ਼ਾਮ ਦਾ ਟਾਈਮ, ਤੁਹਾਨੂੰ ਪਤਾ ਨਾਈਸ ਮੁੰਡਾ ਦਾ ਮੇਨ ਬਾਜ਼ਾਰ ਦੇ ਨਾਮ ਹੁੰਦਾ। ਕਿਆ ਬਾਤਾਂ ਮੇਰੇ ਮੇਨ ਬਾਜ਼ਾਰ ਜੀ। ਮੇਰਾ ਮੱਖਣ ਵਰਗਾ ਯਾਰ ਚਾਚਾ ਯਕੂਬ ਤੁਹਾਨੂੰ ਸਲਾਮ ਕਰਦਾ। ਵਾਲੇਕਮ ਸਲਾਮ ਕਹਿ ਦਿਓ ਮਿੱਤਰੋ। ਮੇਰੇ ਪਿੰਡ ਮੇਨ ਬਾਜ਼ਾਰ 'ਚ ਨਵਾਂ ਹੋਟਲ ਖੁੱਲਿਆ ਹਾਜੀ ਸ਼ਹੀਦ ਨੇ ਪਾਇਆ ਜੀ। ਸਾਰੇ ਵੀਰ ਇਹਨਾਂ ਨਾਲ ਜ਼ਰੂਰ ਤਾਵਨ ਕਰੋ ਜਿਹੜੇ ਪਿੰਡੋਂ ਵੀਡੀਓ ਦੇਖਦੇ ਆ। ਉਸ ਤੋਂ ਬਾਅਦ ਮੈਂ ਆਇਆ ਆਪਣੇ ਯਾਰ ਬਾਬਿਆਂ ਕੋਲ। ਮੈਂ ਕਿਹਾ ਜਾ ਕੇ ਦੁੱਖ ਸੁੱਖ ਫੋਲੀਏ, ਨਾਲੇ ਮਿੱਠੀਆਂ ਮਿੱਠੀਆਂ ਬਾਬਿਆਂ ਦੀਆਂ ਗੱਲਾਂ ਸੁਣ ਲਈਏ। ਅਲੇ ਗਫੂਰ ਦੇ ਮੈਂ ਮਗਰ ਬਹਿ ਗਿਆ। ਬਾਬਾ ਮੈਨੂੰ ਅਕਸਰ ਦੁਆ ਦਿੰਦਾ ਹੁੰਦਾ, ਅੱਲਾ ਤੇਰਾ ਵਿਆਹ ਕਰਾਵੇ। ਮੈਂ ਕਿਹਾ ਦਬਾਉਂਦੇ ਆ ਬਾਬਾ, ਫਿਰ ਦੁਆ ਦਊ। ਅੱਜ ਲਵਾਂ ਫੋਟੋ? ਵਾਹ ਜੀ ਵਾਹ, ਲੈ ਲਈ ਫੋਟੋ ਬਾਬਾ ਤੇਰੀ। ਲੈ ਮਿੱਤਰੋ, ਬਾਬਾ ਕਹਿੰਦਾ ਅੱਜ ਲੈ ਮੇਰੀ ਫੋਟੋ, ਮੈਂ ਦਾੜੀ ਦੂੜੀ ਬਣਾਈ ਹੋਈ ਆ। ਵਾਹ ਬਾਬਾ ਵਾਹ। ਮਿੱਤਰੋ ਮਾਨ ਨਾ ਮੇਰੀ ਯਾਰੀ ਬਾਬਿਆਂ ਦੇ ਨਾਲ ਆ। ਬਾਬਿਆਂ ਨਾਲ ਮੈਨੂੰ ਬਹੁਤ ਪਿਆਰ ਆ। ਮਾਨ ਨਾ ਬਾਬਿਆਂ ਕੋ ਬਹਿ ਕੇ ਸੋਹਣੀਆਂ ਔਰ ਖਰੀਆਂ ਖਰੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ। ਅਬੇ ਮਿੱਤਰੋ ਆਪ ਵੀ ਦੇਸੀ, ਬਾਬਿਆਂ ਨੇ ਬਹਿਣ ਨਾਲ ਨਿਯਾਮ ਵੀ ਦੇਸੀ ਰੱਖਿਆ ਹੋਇਆ। ਐਡੇ ਸੋਹਣੇ ਪੀੜੇ ਨਾਲ ਬਾਬਿਆਂ ਦੀ ਮਹਿਫਲ, ਮੈਂ ਕਹਿੰਦਾ ਸਵਾਦ ਸਾਰਾ ਹੀ। ਬਾਬਿਆਂ ਕੋਲੋਂ ਇਜਾਜ਼ਤ ਲੈਣ ਤੋਂ ਬਾਅਦ ਹੱਥ ਹਿਲਾਇਆ। ਮੈਂ ਕਿਹਾ ਜੱਗ ਜਿਉਂਦਿਆਂ ਦੇ ਮੇਲੇ ਤੇ ਮੈਂ ਦੇਖਿਆ ਮਰਾਨ ਸਾਹਿਬ ਨਾਲ ਰਾਣਾ ਜੱਫੂ ਦੁੱਖ ਸੁੱਖ ਫੋਲਣ। ਮੈਂ ਕਿਹਾ ਲੈ ਬਈ। ਉਸ ਤੋਂ ਬਾਅਦ ਮੈਨੂੰ ਮਿਲ ਗਏ ਹਨਾਨ ਭਾਈ। ਮੈਂ ਕਿਹਾ ਲੈ ਵੀ ਛਾਪਾ ਪੈ ਗਿਆ ਮੇਰੇ ਵੱਲ ਨੂੰ। ਹੈਰਾਨ ਹੋ ਗਿਆ ਦੇਖ ਕੇ। ਮੈਂ ਕਿਹਾ ਹਨਾਨ ਸਾਹਿਬ ਸ਼ੋਰਮਾ ਖਾਓ, ਇੰਜ ਨਹੀਂ ਗੱਲ ਬਣਨੀ ਹਨਾਨ। ਮੇਰੇ ਵੱਲ ਨੂੰ ਦੇਖੇ, ਮੈਂ ਕਿਹਾ ਖਵਾਉਣਾ ਪੈਣਾ ਸ਼ੋਰਮਾ। ਕਹਿੰਦਾ ਸਬਰ ਕਰ ਲਾ। ਮੈਂ ਕਿਹਾ ਸਬਰ ਨਾਲ ਤਾਂ ਅਸੀਂ ਜੀ ਰਹੇ ਹਾਂ ਬਾਬਾ। ਬਸ ਫਿਰ ਕੀ ਸੀ ਮਿੱਤਰੋ, 500 ਰੁਪਏ ਦਾ ਨੋਟ ਕੀਤਾ ਢਿੱਲਾ। ਮੈਂ ਕਿਹਾ ਯਾਰ ਦਿਓ ਨਾ ਨਦੀਮ ਭਾਈ ਨੂੰ, ਯਾਰ ਉਹਦੀ ਵੀ ਬੋਲੀ ਹੋਵੇ। ਨਦੀਮ ਭਾਈ ਨੇ ਵੀ 4 ਸ਼ੋਰਮੇ ਕਮਾ ਕੇ ਸਿੱਟੇ। ਕਹਿੰਦਾ ਇਮਰਾਨ ਸਾਹਿਬ ਤੁਸੀਂ ਬੈਠੋ ਅੰਦਰ, ਪੱਖਾ ਚਲਾ ਕੇ ਅਸੀਂ ਸਟੈਂਡਰ ਦੇ ਬਣਾਉਂਦੇ ਆ ਸ਼ੋਰਮੇ। ਹਨਾਨ ਭਾਈ ਨਾ ਆਪਾਂ ਨੂੰ ਪਿਆਰ ਹੀ ਬੜਾ, ਆਪਣਾ ਮੱਖਣ ਵਰਗਾ ਯਾਰ ਆ ਜਨਾ। ਦੁੱਖ ਸੁੱਖ ਫੋਲੀ ਦੇ ਹਨਾਨ ਭਾਈ ਦੀਆਂ, ਕਿਆ ਬਾਤਾਂ, ਲਵ ਯੂ। ਮਿਲਾ ਤਖੀਰ ਮਿੱਤਰੋ, ਸ਼ੋਰਮੇ ਸਾਡੇ ਸਾਹਮਣੇ ਆਏ। ਹਨਾਨ ਭਾਈ ਨੇ ਮਿੰਟ ਮਾਰਿਆ, ਸ਼ੋਰਮੇ ਦਾ ਕਰ ਦਿੱਤਾ ਜੀ ਆਪਰੇਸ਼ਨ। ਤਾਂ ਮਿੱਤਰੋ ਅਸੀਂ ਵੀ ਨਹੀਂ ਕੀਤੀ ਮਾਸ਼ਾਅੱਲਾ, ਅੱਲਾ ਦਾ ਨਾਂ ਲੈ ਕੇ ਬਿਸਮਿਲਲਾ ਪੜ ਕੇ। ਮਿੱਤਰੋ ਮੈਂ ਸੱਜੇ ਹੱਥ ਨਾਲ ਖਾ ਰਿਹਾ, ਤੁਹਾਨੂੰ ਕੈਮਰੇ 'ਚ ਭੁਲੇਖਾ ਪੈਂਦਾ। ਯਾਰਾਂ ਨੇ ਵੀ ਸ਼ੋਰਮੇ ਦਾ ਕੀਤਾ ਜੀ ਆਪਰੇਸ਼ਨ, ਬੇੜਾ ਗਰਕ ਕਰਤਾ ਸ਼ੋਰਮੇ ਦਾ। ਭਾਈ ਕੋ ਜਾਂਦੇ 5 ਮਿੰਟ ਚਾਚੂ ਰਿਆਜ਼ ਨੂੰ ਦਿੱਤੇ। ਮੈਂ ਕਿਹਾ ਯਾਰ ਇਹਨਾਂ ਦੀ ਵੀ 4 ਸੁਣ ਲਈਏ, 4 ਸੁਣਾ ਦਈਏ। ਉਸ ਤੋਂ ਬਾਅਦ ਮੈਂ ਪਹੁੰਚਿਆ ਆਦਲ ਭਾਈ ਕੋ। ਮਾਸ਼ਾਅੱਲਾ ਦੁਕਾਨ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ। ਜਾਂਦੇ ਹੀ ਮੈਨੂੰ ਕਹਿੰਦੇ ਚਾਹ ਪਲਾ। ਮੈਂ ਕਿਹਾ ਲਓ ਜੀ। ਘਰੋਂ ਕਾਲ ਆਈ, ਕਹਿੰਦੇ ਫੈਨ ਮਿਲਣ ਆਏ ਆ। ਰਾਜ ਦੇਖਿਆ ਬਾਬਾ ਗਫੂਰ ਜਾਵੇ ਮਸਜਿਦ ਅਲ। ਮੈਂ ਪਹੁੰਚਿਆ ਮਾਸ਼ਾਅੱਲਾ ਬੈਠਕ ਅੱਗੋਂ। ਮਾਸ਼ਾਅੱਲਾ ਆਪਣੇ ਵੀਰ ਭਰਾ ਜੀ ਫੈਸਲਾਬਾਦ ਤੋਂ ਆਏ ਸੀ, ਨਾਲ ਵਾਲੇ ਪਿੰਡ ਆਪਾਂ ਨੂੰ ਮਿਲਣ ਵਾਸਤੇ ਆਏ ਸੀ। ਯਾਰਾਂ ਨੇ ਦਿੱਤਾ ਇਹਨਾਂ ਨੂੰ ਟਾਈਮ। ਇਤਰਾ ਨੇ ਲਈ ਸਾਡੇ ਕੋਲੋਂ ਇਜਾਜ਼ਤ। ਕਲਟਸ ਨੂੰ ਮਾਰੀ ਸਲਫ, ਕਹਿੰਦੇ ਇਮਰਾਨ ਭਾਈ ਅੱਲਾ ਦੇ ਹਵਾਲੇ। ਮੈਂ ਕਿਹਾ ਠੀਕ ਹੈ। ਉਸ ਤੋਂ ਬਾਅਦ ਜੀ ਸ਼ਾਮ ਟਾਈਮ 88 ਦੇ 2 ਆਪਣੇ ਵੀਰ ਭਰਾ ਮਿਲਣ ਆਏ ਜੀ ਆਪਾਂ ਨੂੰ। ਇਹ ਵੀ ਆਪਣੀ ਵੀਡੀਓ ਦੇਖਦੇ ਆ, ਇਹਨਾਂ ਨੂੰ ਵੀ ਦਿੱਤਾ ਟਾਈਮ। ਉਸ ਤੋਂ ਬਾਅਦ ਜ਼ੈਨ ਭਾਈ ਔਰ ਜਾਫਰ ਸਾਹਿਬ ਇੱਥੇ ਬੈਠੇ ਸੀ। ਮੈਂ ਗੱਡੀ ਮੈਂ ਕਿਹਾ ਚਲੋ ਚੱਲੀਏ ਸ਼ਹਿਰ ਮੋਬਾਈਲ। ਮਿੱਤਰੋ ਘਰੋਂ ਤਾਂ ਮੇਰਾ ਮੂਡ ਸੀ 11 ਪ੍ਰੋ ਮੈਕਸ ਲੈਣ ਦਾ। ਅੱਗੇ ਜਾ ਕੇ ਦੇਖੋ ਕੀ ਇਹ ਮੇਰੇ ਨਾਲ ਕਰਦੇ ਆ ਯੰਗ ਸਟਾਰ ਮੁੰਡੇ। ਮੈਂ ਸ਼ਹਿਰ ਪਹੁੰਚਿਆ, ਮੈਂ ਕਿਹਾ ਪਹਿਲੇ ਨੰਬਰ ਤੇ ਏਟੀਐਮ 'ਚ ਦਰਸ਼ਨ ਦੇ ਦਈਏ ਕਿਉਂਕਿ ਜਿੰਨੇ ਕੁ ਹੈਗੇ ਅੱਜ ਮੁੱਕ ਜਾਣੇ ਆ। ਤਖੀਰ ਮਿੱਤਰੋ ਅਸੀਂ ਪਹੁੰਚੇ ਆ ਟਰੱਸ ਪਲਾਜ਼ੇ ਸਰਗੋਦਾ ਦੇ ਅੰਦਰ ਜਿੱਥੋਂ ਅੱਜ ਮੋਬਾਈਲ ਲੈਣਾ ਸੀ। ਯੰਗ ਸਟਾਰ ਮੁੰਡੇ ਸਾਰੇ ਮੇਰੇ ਨਾਲ ਆ। ਅਸੀਂ ਇੱਕ ਦੁਕਾਨ 'ਚ ਉਪੜੇ ਆ। ਮੈਂ ਲੱਗਾ ਜਿਵੇਂ ਇਹਨਾਂ ਦਾ ਡਰਾਈਵਰ ਹੁੰਦਾ ਤੇ ਇਹ ਸਾਰੇ ਅਫਸਰ ਮੇਰੇ ਨਾਲ ਆਏ ਸੀ। ਅੱਲਾ ਖੈਰ ਹੀ ਕਰੇ ਕੀ ਕਰਦੇ। ਮਿੱਤਰੋ 11 ਪ੍ਰੋ ਮੈਕਸ ਲੈਣ ਆਏ ਸੀ ਤੇ 14 ਪ੍ਰੋ ਮੈਕਸ ਲੈ ਤਾ ਇਹਨਾਂ ਨੇ। ਅੱਲਾ ਖੈਰ ਹੀ ਕਰੇ, ਪਤਾ ਨਹੀਂ ਕੀ ਕਰਦੇ ਆ। ਮੁਬਾਰਕ ਹੋਵੇ ਮਿੱਤਰੋ, ਮਾਸ਼ਾਅੱਲਾ ਜੀ ਮੋਬਾਈਲ ਆ ਗਿਆ ਯਾਰਾਂ ਦੇ ਹੱਥ ਦੇ ਵਿੱਚ। ਯਾਰ ਹੁਣ ਕਰਨ ਲੱਗੇ ਅਨਬੋਕਸਿੰਗ। ਪਹਿਲੇ ਮੈਂ ਚਿੱਟ ਪੱਟੀ ਥੱਲੇ ਸਿੱਟਣ ਲੱਗਿਆ। ਮੈਂ ਕਿਹਾ ਨਹੀਂ ਚਿੱਟ ਮਹਿੰਗੀ ਆ ਯਾਰ, ਇਹਨੂੰ ਫੜਾ ਮੈਨੂੰ, ਮੈਂ ਜੇਬ 'ਚ ਪਾ ਲੈਂਦਾ ਯਾਰ। ਮਿੱਤਰੋ ਐਡਾ ਮਹਿੰਗਾ ਮੋਬਾਈਲ ਆ, ਚਿੱਟ ਪੜ ਗਿਆ ਯਾਰ। ਸਿੱਟਣੀ ਦੇਣੀ ਸੀ, ਦੂਈ ਚਿੱਟ ਵੀ ਥੱਲੇ ਸੀ, ਮੈਨੂੰ ਦੱਸਿਆ ਇਹਨਾਂ ਨੇ। ਮੈਂ ਭਾਈ ਚਿੱਟ ਪੱਟ ਕੇ ਚੁੰਮ ਕੇ ਮੂੰਹ 'ਚ ਪਾਈ। ਮੈਂ ਕਿਹਾ ਬਹੁਤ ਮਹਿੰਗਾ ਮੋਬਾਈਲ ਆ ਯਾਰ, ਸਾਰੀ ਕਮਾਈ ਚਲੇਗੀ। ਲੈ ਜੀ ਅਨਬੋਕਸਿੰਗ ਹੋ ਗਈ, ਮੁਬਾਰਕ ਹੋਵੇ ਸਾਰੇ ਵੀਰਾਂ, ਤੁਸੀਂ ਵੀ ਦੀਦਾਰ ਕਰ ਲਓ ਯਾਰ। ਨਾਲੇ ਕਮੈਂਟ 'ਚ ਮੈਨੂੰ ਯਾਰ ਮੁਬਾਰਕਬਾਦ ਦੇ ਦਿਓ, ਹੁਣ ਅੱਛੇ ਤੇ ਅੱਛੇ ਵਲੋਗ ਆਇਆ ਕਰਨਗੇ। ਮਿੱਤਰੋ ਪੈਸਾ ਵੀ ਕਿੱਡੀ ਬੇਵਫਾ ਚੀਜ਼ ਆ ਯਾਰ, 10 ਮਿੰਟ ਪਹਿਲੇ ਮੇਰੀ ਜੇਬ 'ਚ, 10 ਮਿੰਟ ਬਾਅਦ ਅਗਲੇ ਦੀ ਜੇਬ ਦੇ ਵਿੱਚ। ਯਾਰ ਨਵੇਂ ਨਵੇਂ ਔਰ ਕੜਕ ਦੇ ਨੋਟ ਗਿਣ ਕੇ ਦੇ ਰਿਹਾ ਜੀ ਆਪਣੇ ਹੱਥੀ ਅਗਲੇ ਬੰਦਿਆਂ ਨੂੰ। ਮੰਜੀ ਟਕਾ ਇਹਨੂੰ ਮੈਂ ਬੁਲਾਇਆ, ਮੈਂ ਕਿਹਾ ਭਾਜੀ ਆ ਜਾਓ ਤੇ ਪੈਸੇ ਫੜ ਲਓ ਔਨ ਕੈਮਰਾ। ਯਾਰ ਯਾਰਾ ਬੰਦਿਆਂ ਨੂੰ ਵੀ ਪਤਾ ਲੱਗ ਜਾਵੇ, ਨਾਲੇ ਮੇਰਾ ਬੁੜਾ ਮੇਰੀ ਵੀਡੀਓ ਦੇਖਦਾ, ਉਹਨੂੰ ਵੀ ਪਤਾ ਲੱਗ ਜਾਵੇ ਕਿੰਨਾ ਮਹਿੰਗਾ ਨੇ ਮੋਬਾਈਲ ਲਏ। ਅੱਬਾ ਕੱਲ ਦੇ ਪੈਸੇ ਬਾਹਰੋਂ ਹੁਣ। ਉਸ ਤੋਂ ਬਾਅਦ ਯਾਰ ਹੁਣੇ ਪਹੁੰਚੇ ਆਪਣੇ ਮਿੱਤਰਾਂ ਦੀ ਦੁਕਾਨ ਤੇ, ਜੱਟ ਮੋਬਾਈਲ ਸਰਗੋਦਾ ਦੀ ਮਸ਼ਹੂਰ ਤਰੀਨ ਦੁਕਾਨ। ਲੈ ਮਿੱਤਰੋ ਟਰੱਸ ਪਲਾਜ਼ੇ ਦੂਜੇ ਫਲੋਰ ਤੇ ਦੁਕਾਨ ਆ ਇਹ। ਤੁਹਾਨੂੰ ਕਦੇ ਵੀ ਕੋਈ ਸ਼ਾਇਦ ਦੀ ਮੋਬਾਈਲ ਬਾਰੇ ਜ਼ਰੂਰਤ ਹੋਵੇ ਤੇ ਭਾਈ ਜੀ ਇੱਥੇ ਤੁਸੀਂ ਜ਼ਰੂਰ ਆਇਓ, ਇੱਕ ਵਾਰੀ ਸਾਡਾ ਨਾਂ ਲਿਓ, ਫੁੱਲ ਪਿਆਰ ਮੁਹੱਬਤ ਤੇ ਪ੍ਰੋਟੋਕੋਲ ਦਿੱਤਾ ਜਾਏਗਾ। ਭਾਜੀ ਆਪਣੇ ਮੋਬਾਈਲ ਦਾ ਲਟਰਮ ਪਟਰਮ ਮੈਂ ਇਹੀ ਕਹਿ ਸਕਦਾ ਹੁਣ ਭਾਈ ਜੀ, ਜਿੰਨਾ